ਚੌਧਰੀ ਬਿਕਰਮਜੀਤ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਦਾਣਾ ਮੰਡੀ ਫਿਲੌਰ ਦਾ ਦੌਰਾ ਕੀਤਾ ਤੇ ਆੜਤੀਆ ਐਸੋਸੀਏਸ਼ਨ ਫਿਲੌਰ ਦੇ ਨਾਲ ਮੀਟਿੰਗ ਕੀਤੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆੜਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ ਤੇ ਦਿਓਣਾ ਤਹਿਸੀਲਦਾਰ ਤਪਨ ਭਨੋਟ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਆੜਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਤੁਰੰਤ ਹੱਲ ਕਰ ਲਿਆ ਅਤੇ ਆੜਤੀਆਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ ਤੇ ਨਾਲ ਹੀ ਉੱਥੇ ਮੰਡੀ ਦੇ ਵਿੱਚ ਇੱਕ ਡਾਕਟਰ ਦੀ ਟੀਮ ਵੀ ਬਿਠਾਈ ਜਾਵੇਗੀ ਤਾਂ ਜੋ ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ। ਇਸ ਮੌਕੇ ਉਹਨਾਂ ਦੇ ਨਾਲ ਤਹਿਸੀਲਦਾਰ ਤਪਨ ਭਨੋਟ, ਮਾਰਕੀਟ ਕਮੇਟੀ ਚੇਅਰਮੈਨ ਸਰਦਾਰ ਮੱਖਣ ਸਿੰਘ ਕੇਰਾ, DSP ਦਵਿੰਦਰ ਅਤਰੀ, SHO ਮੁਖਤਿਆਰ ਸਿੰਘ ਔਜਲਾ ਤੇ ਕਈ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਰਹੇ। ਤੋਂ ਖਰੀਦ ਸ਼ੁਰੂ ਹੋਣੀ ਹੈ ਫਸਲ ਦੀ, ਉਹਦਾ ਜਾਇਜ਼ਾ ਲੈਣ ਆਏ ਹਾਂ। ਸਾਡੇ ਇੱਥੇ ਕੁਛ ਆੜਤੀ ਵੀਰਾਂ ਨੇ ਸੁਝਾਉ ਦਿੱਤੇ ਨੇ ਜਿਹੜੇ ਕਿ ਅਸੀਂ ਕੱਲ੍ਹ ਤੱਕ ਹੀ ਉਹਨਾਂ ਸੁਜੈਸ਼ਨਸ 'ਤੇ ਡਿਸੀਜਨ ਗਵਰਨਮੈਂਟ ਵੱਲੋਂ ਪ੍ਰਸ਼ਾਸਨ ਵੱਲੋਂ ਦਵਾ ਕੇ ਇੱਕ ਹੈਸਲ ਫਰੀ ਪ੍ਰੋਕਿਓਰਮੈਂਟ ਦਾ ਪ੍ਰੋਸੈਸ ਜਿਹੜਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਸੂਬੇ ਦੇ ਕਿਸਾਨਾਂ ਨਾਲ ਕੀਤਾ ਹੈ, ਉਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਕੰਮ ਕਰਾਂਗੇ। ਪੂਰੀ ਤਰ੍ਹਾਂ ਸਰਕਾਰ ਨੇ ਇਸ ਕਰੋਨਾ ਮਹਾਂਮਾਰੀ COVID-19 ਦੇ ਜੋ ਇੱਕ ਬਿਮਾਰੀ ਪੂਰੇ ਦੁਨੀਆ ਵਿੱਚ ਫੈਲੀ ਹੋਈ ਹੈ, ਉਸ ਦੇ ਹੋਣ ਦੇ ਬਾਵਜੂਦ ਸੂਬੇ ਦੀ ਸਰਕਾਰ, ਕੈਪਟਨ ਸਾਹਿਬ ਦੀ ਕਾਂਗਰਸ ਦੀ ਸਰਕਾਰ ਨੇ ਪੁਖਤਾ ਇੰਤਜ਼ਾਮ ਕੀਤੇ ਨੇ ਔਰ ਸਾਨੂੰ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਹਮੇਸ਼ਾ ਕਾਂਗਰਸ ਦੀ, ਕੈਪਟਨ ਸਾਹਿਬ ਦੀ ਸਰਕਾਰ ਵਿਖੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਵੇਚਣ ਵਿੱਚ ਕੋਈ ਕਦੀ ਕਮੀ, ਕਦੀ ਕੋਈ ਪਰੇਸ਼ਾਨੀ ਨਹੀਂ ਆਈ, ਇਸ ਵਾਰ ਵੀ ਸਾਡੀ ਸਰਕਾਰ ਵਚਨਬੱਧ ਹੈ, ਕੈਪਟਨ ਸਾਹਿਬ ਵਚਨਬੱਧ ਨੇ। ਮੈਂ ਤੁਹਾਡੇ ਰਾਹੀਂ ਆਪਣੇ ਕਿਸਾਨ ਵੀਰਾਂ ਨੂੰ ਇੱਕ ਵਾਰੀ ਫਿਰ ਇਹ ਵਿਸ਼ਵਾਸ ਦਵਾਉਣਾ ਹੈ ਕਿ ਕੈਪਟਨ ਸਾਹਿਬ ਦੀ ਰਹਿਨਵਾਈ ਹੇਠ ਜਿਹੜੀ ਪੰਜਾਬ ਦੀ ਸਰਕਾਰ ਹੈ, ਉਹ ਤੁਹਾਡੇ ਲਏ ਦਿਨ ਰਾਤ ਮਿਹਨਤ ਕਰ ਰਹੀ ਹੈ, ਸਾਰਾ ਪ੍ਰਸ਼ਾਸਨ ਇਸ ਕੰਮ 'ਤੇ ਲੱਗਿਆ ਹੋਇਆ। ਤੁਹਾਨੂੰ ਵੀ ਇਹ ਬੇਨਤੀ ਹੈ ਸਾਰੇ ਕਿਸਾਨ ਵੀਰਾਂ ਨੂੰ ਕਿ ਜੋ ਸਰਕਾਰ ਨੇ ਗਾਈਡਲਾਈਨਸ, ਜੋ ਸਰਕਾਰ ਨੇ ਇੰਸਟਰਕਸ਼ਨਸ ਦਿੱਤੇ ਨੇ ਤੁਹਾਡੀ ਸੇਫਟੀ ਵਾਸਤੇ, ਉਹਨੂੰ ਵੀ ਤੁਸੀਂ ਸਰਕਾਰ ਦਾ ਸਾਥ ਦਿਓ, ਉਸ 'ਤੇ ਤੁਸੀਂ ਅਮਲ ਕਰੋ। ਜੀ, ਮੈਂ ਮੱਖਣ ਸਿੰਘ ਖਹਿਰਾ, ਮਾਰਕੀਟ ਕਮੇਟੀ ਚੇਅਰਮੈਨ ਫਲੌਰ। ਜਿਹੜਾ ਅੱਜ ਚੌਧਰੀ ਸਾਹਿਬ ਇੱਥੇ ਆਏ ਸੀ, ਮੰਡੀਆਂ ਦੇ ਸਾਰੇ ਆੜਤੀਆਂ ਦੇ ਇਕੱਠੇ ਹੋ ਕੇ ਮੀਟਿੰਗ ਕੀਤੀ ਸਾਰਿਆਂ ਦੇ, ਇਹਨਾਂ ਦਾ ਕੋਈ ਕਿਸਾ ਵੀ ਕੰਮ ਹੈਗਾ ਕਿਸੇ ਦਾ ਨਹੀਂ, ਵੀ ਸਾਰੇ ਦੇ ਕੰਮ ਸਹੀ ਹੋਣਗੇ, ਕੋਈ ਜ਼ਿਮੀਂਦਾਰ ਕੰਦਾਣਾ ਵਾਲਾ ਚੱਕਿਆ ਜਾਊਗਾ, ਆੜਤੀਆਂ ਦੇ ਵੀ ਜਿਹੜੇ ਮਸਲੇ ਆ ਹੱਲ ਕਰਨਗੇ, ਪੁਲਿਸ ਵਾਲਿਆਂ ਨਾਲ ਗੱਲ ਹੋ ਗਈ, ਡਿਪਟੀ ਸਾਹਿਬ ਨਾਲ ਵੀ ਹੋ ਗਈ, ਸਾਰੇ ਇੱਥੇ ਹੋਣਗੇ, ਮਾਰਕੀਟ ਸਭ ਕੁਝ ਸਹੀ ਹੋਊਗਾ ਜੀ। ਫਿਲੌਰ ਤੋਂ ਅਮਰਜੀਤ ਸਿੰਘ ਮੋਨੂ ਦੀ ਰਿਪੋਰਟ।